ਸ਼ਿਵ ਕੇ ਦਰਵੇਸ਼ ਚੈਨਲ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਆਸ ਹੈ ਤੁਸੀਂ ਸਭ ਠੀਕ ਹੋਵਾਂਗੇ ਅੱਜ ਦੀ ਆਪਾਂ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਕਿ ਜਦੋਂ ਇਨਸਾਨ ਤੇ ਬੁਰਾ ਵਕਤ ਚੱਲ ਰਿਹਾ ਹੁੰਦਾ ਤਾਂ ਉਦੋਂ ਉਸ ਨੂੰ ਕੀ ਕਰਨਾ ਚਾਹੀਦਾ ਅੱਜ ਦੀ ਇਹ ਵੀਡੀਓ ਬਹੁਤ ਹੀ ਜ਼ਿਆਦਾ ਖਾਸ ਹੋਣ ਵਾਲੀ ਹੈ ਕਿਉਂਕਿ ਵੀਡੀਓ ਦੇ ਐਂਡ ਦੇ ਵਿੱਚ ਆਪਾਂ ਇੱਕ ਅਜਿਹੀ ਗੱਲ ਵੀ ਕਰਾਂਗੇ ਜਿਹਦੇ ਤੋਂ ਆਪਾਂ ਨੂੰ ਬੜਾ ਕੋਈ ਸਿੱਖਣ ਨੂੰ ਮਿਲੂਗਾ ਤੇ ਆਪਣੀ ਜ਼ਿੰਦਗੀ ਖੁਸ਼ੀਆਂ ਦੇ ਨਾਲ ਭਰ ਸਕਦੀ ਹੈ ਸਮਾ ਨਾਕਰਾਵ ਕਰਦੇ ਹੋਏ ਸਿੱਧਾ ਵੀਡੀਓ ਵੱਲ ਚਲਦੇ ਹਾਂ ਜੀ ਇੱਕ ਰਾਜਾ ਸੀ ਉਸ ਰਾਜੇ ਦੇ ਦਰਬਾਰ ਦੇ ਵਿੱਚ ਇੱਕ ਅੰਗੂਰਾਂ ਦੀ ਵੇਲ ਲੱਗੀ ਹੋਈ ਸੀ ਉਹ ਅੰਗੂਰਾਂ ਦੀ ਵੇਲ ਰਾਜੇ ਨੂੰ ਬੜੀ ਪਿਆਰੀ ਸੀ ਕਿਉਂਕਿ ਰਾਜੇ ਨੂੰ ਅੰਗੂਰ ਬੜੇ ਪਸੰਦ ਸੀ ਰਾਜੇ ਨੇ ਅੰਗੂਰਾਂ ਦੀ ਰਾਖੀ ਲਈ ਇੱਕ ਮਾਲੀ ਵੀ ਰੱਖਿਆ ਹੋਇਆ ਸੀ ਮਾਲੀ ਉਸ ਵੇਲ ਨੂੰ ਜੋ ਕੁਝ ਵੀ ਚਾਹੀਦਾ ਹੁੰਦਾ ਸੀ ਉਹ ਦੇ ਦਿੰਦਾ ਸੀ ਭਾਵੇਂ ਪਾਣੀ ਸਮੇਂ ਸਿਰ ਖਾਦ ਉਸ ਵੇਲ ਨੂੰ ਮਿਲਦੀ ਰਹਿੰਦੀ ਸੀ ਤੇ ਉਸ ਵੇਲ ਨੂੰ ਬੜੇ ਹੀ ਮਿੱਠੇ ਅੰਗੂਰ ਲੱਗਦੇ ਸੀ ਖੱਟ ਮਿੱਠੇ ਅੰਗੂਰ ਉਸ ਵੇਲ ਨੂੰ ਲੱਗਦੇ ਤੇ ਰਾਜਾ ਉਹ ਅੰਗੂਰਾਂ ਨੂੰ ਖਾ ਕੇ ਬੜਾ ਖੁਸ਼ ਹੁੰਦਾ ਸੀ ਹੌਲੀ ਹੌਲੀ ਅੰਗੂਰ ਪੱਕਦੇ ਗਏ ਤੇ ਉੱਥੇ ਇੱਕ ਚਿੜੀ ਆਉਣਾ ਸ਼ੁਰੂ ਹੋ ਗਈ ਚਿੜੀ ਕੀ ਕਰਦੀ ਸੀ ਥੋੜੇ ਜੇ ਅੰਗੂਰ ਖਾ ਕੇ ਥੱਲੇ ਸੁੱਟ ਦਿੰਦੀ ਸੀ ਭਾਵ ਕਿ ਚਿੜੀ ਉਸ ਅੰਗੂਰਾਂ ਦੀ ਵੇਲ ਨੂੰ ਖਰਾਬ ਕਰਦੀ ਪਈ ਸੀ ਮਾਲੀ ਨੇ ਇੱਕ ਦਿਨ ਦੇਖਿਆ ਦੋ ਦਿਨ ਦੇਖਿਆ ਤਾਂ ਮਾਲੀ ਨੇ ਸੋਚਿਆ ਕਿ ਅੰਗੂਰਾਂ ਦੀ ਵੇਲ ਰਾਜੇ ਨੂੰ ਬੜੀ ਪਸੰਦ ਹੈ ਤੋਂ ਨਾ ਮੈਂ ਰਾਜੇ ਨੂੰ ਦੱਸ ਦੇਵਾਂ ਬਾਅਦ ਦੇ ਵਿੱਚ ਰਾਜਾ ਗੁੱਸੇ ਨਾ ਕਰੇ ਤਾਂ ਮਾਲੀ ਰਾਜੇ ਕੋਲ ਗਿਆ ਉੱਥੇ ਜਾ ਕੇ ਸਾਰੀ ਗੱਲ ਬਾਤ ਦੱਸੀ ਕਿ ਇੱਕ ਚਿੜੀ ਆਉਂਦੀ ਹੈ ਤੇ ਅੰਗੂਰ ਖਰਾਬ ਕਰਕੇ ਚਲੀ ਜਾਂਦੀ ਹੈ ਮੈਂ ਬੜਾ ਰੋਕਿਆ ਤੁਸੀਂ ਕੁਝ ਕਰੋ ਮੇਰੇ ਹੱਥ ਵਾਸ ਗੱਲ ਨਹੀਂ ਰਹੀ ਤਾਂ ਰਾਜਾ ਕਹਿੰਦਾ ਕਿ ਕੱਲ ਨੂੰ ਮੈਂ ਤੇਰੀ ਥਾਂ ਡਿਊਟੀ ਕਰਾਂਗਾ ਰਾਜਾ ਲੁੱਕ ਕੇ ਵੇਲ ਦੇ ਪਿੱਛੇ ਬੈਠ ਜਾਂਦਾ ਜਦੋਂ ਚਿੜੀ ਆਉਂਦੀ ਹੈ ਤਾਂ ਰਾਜਾ ਫੁਰਤੀ ਦੇ ਨਾਲ ਉਹ ਚਿੜੀ ਨੂੰ ਫੜ ਲੈਂਦਾ ਚਿੜੀ ਰਾਜੇ ਨੂੰ ਕਹਿੰਦੀ ਹੈ ਕਿ ਮੈਨੂੰ ਮਾਰੀ ਨਾ ਮੈਂ ਤੈਨੂੰ ਬਦਲੇ ਦੇ ਵਿੱਚ ਦੋ ਤਿੰਨ ਸਿੱਖਿਆ ਦੀਆਂ ਗੱਲਾਂ ਦੱਸਦੀਆਂ ਜੋ ਕਿ ਤੇਰੇ ਬੜੀ ਜ਼ਿੰਦਗੀ ਦੇ ਵਿੱਚ ਕੰਮ ਆਉਣਗੀਆਂ ਰਾਜਾ ਕਹਿੰਦਾ ਕਿ ਜਲਦੀ ਦੱਸ ਮੇਰੇ ਕੋਲ ਟਾਈਮ ਨਹੀਂ ਆ ਤਾਂ ਚਿੜੀ ਕਹਿੰਦੀ ਪਹਿਲੀ ਗੱਲ ਜਦੋਂ ਦੁਸ਼ਮਣ ਤੇਰੇ ਹੱਥ ਆ ਜਾਵੇ ਤਾਂ ਉਹਨੂੰ ਛੱਡੀ ਨਾ ਰਾਜਾ ਕਹਿੰਦਾ ਜਲਦੀ ਦੂਸਰੀ ਗੱਲ ਦੱਸ ਮੇਰੇ ਕੋਲ ਬਿਲਕੁਲ ਸਮਾਂ ਨਹੀਂ ਆ ਤਾਂ ਉਹ ਚਿੜੀ ਕਹਿੰਦੀ ਹੈ ਕਿ ਜ਼ਿੰਦਗੀ ਦੇ ਵਿੱਚ ਜੋ ਵੀ ਤੇਰੇ ਪਾਸਟ ਦੇ ਵਿੱਚ ਹੋ ਗਿਆ ਤੂੰ ਉਸਤੇ ਕਦੀ ਵੀ ਪਛਤਾਵਾ ਨਾ ਕਰੀ। ਤਾਂ ਰਾਜਾ ਕਹਿੰਦਾ ਕਿ ਜਲਦੀ ਹੁਣ ਤੀਸਰੀ ਗੱਲ ਦੱਸ ਇਸ ਤੋਂ ਬਾਅਦ ਮੈਂ ਤੇਰਾ ਕੰਮ ਤਮਾਮ ਕਰਨ ਲੱਗਾਂ। ਤਾਂ ਚਿੜੀ ਕਹਿੰਦੀ ਹੈ ਕਿ ਹੁਣ ਮੇਰਾ ਗਲਾ ਘੁੱਟ ਰਿਹਾ ਜੇਕਰ ਤੁਸੀਂ ਮੈਨੂੰ ਥੋੜੀ ਜੀ ਢਿੱਲ ਦਿਓ ਤਾਂ ਮੈਂ ਤੁਹਾਨੂੰ ਤੀਜੀ ਗੱਲ ਦੱਸ ਸਕਾਂਗੀ। ਤਾਂ ਰਾਜਾ ਥੋੜੀ ਜੀ ਢਿੱਲ ਦਿੰਦਾ ਤਾਂ ਚਿੜੀ ਉੱਡ ਕੇ ਅੰਗੂਰਾਂ ਦੀ ਵੇਲ ਤੇ ਬੈਠ ਜਾਂਦੀ ਹੈ। ਤਾਂ ਚਿੜੀ ਕਹਿੰਦੀ ਹੈ ਕਿ ਮੇਰੇ ਢਿੱਡ ਦੇ ਵਿੱਚ ਦੋ ਹੀਰੇ ਨੇ। ਰਾਜਾ ਇੰਨੀ ਗੱਲ ਸੁਣ ਕੇ ਪਛਤਾਉਣ ਲੱਗ ਜਾਂਦਾ। ਕਿ ਮੈਂ ਢਿੱਲ ਕਿਉਂ ਦਿੱਤੀ ਤਾਂ ਚਿੜੀ ਅੱਗੋਂ ਜਵਾਬ ਦਿੰਦੀ ਹੈ ਕਿ ਸਭ ਤੋਂ ਪਹਿਲੀ ਗੱਲ ਤੈਨੂੰ ਮੈਂ ਦੱਸੀ ਸੀ ਕਿ ਜਦੋਂ ਦੁਸ਼ਮਣ ਹੱਥ ਦੇ ਵਿੱਚ ਆ ਜਾਵੇ ਤਾਂ ਛੱਡਣਾ ਨਹੀਂ ਤੇ ਤੂੰ ਢਿੱਲ ਦੇ ਕੇ ਬੜੀ ਵੱਡੀ ਗਲਤੀ ਕੀਤੀ ਹੈ ਦੂਸਰੀ ਕਿ ਪਿਛਲੇ ਲੰਘ ਗਏ ਸਮੇਂ ਦੇ ਵਿੱਚ ਪਛਤਾਉਣਾ ਨਹੀਂ ਭਾਵੇਂ ਹੁਣ ਤੂੰ ਪਛਤਾ ਰਿਹਾ ਕਿ ਮੈਂ ਇਹ ਛੱਡੀ ਕਿਉਂ ਹੁਣ ਇਸ ਦੇ ਢਿੱਡ ਦੇ ਵਿੱਚ ਦੋ ਹੀਰੇ ਨੇ ਜੇਕਰ ਮੈਂ ਚਿੜੀ ਮਾਰ ਦਿੰਦਾ ਤਾਂ ਮੈਨੂੰ ਦੋ ਹੀਰੇ ਵੀ ਮਿਲ ਜਾਣੇ ਸੀ ਭਾਵਕੇ ਤੈਨੂੰ ਪਤਾ ਵੀ ਨਹੀਂ ਕਿ ਮੇਰੇ ਟਰੈਡ ਦੇ ਵਿੱਚ ਕੋਈ ਹੀਰੇ ਨਹੀਂ ਆ ਪਰ ਫਿਰ ਵੀ ਤੂੰ ਲੰਘ ਗਏ ਸਮੇਂ ਲਈ ਪਛਤਾ ਰਿਹਾਂ ਉਸ ਚਿੜੀ ਨੇ ਇਹ ਗੱਲਾਂ ਉਹ ਰਾਜੇ ਨੂੰ ਨਹੀਂ ਆਪਾਂ ਨੂੰ ਦਸੀਆਂ ਨੇ ਭਾਵਕੇ ਜਦੋਂ ਆਪਣੇ ਤੇ ਮਾੜਾ ਸਮਾਂ ਆਉਂਦਾ ਇਹ ਸੋਚ ਕੇ ਕਿ ਸਾਡਾ ਫਿਊਚਰ ਕੀ ਬਣੇਗਾ ਸਾਡੀ ਜ਼ਿੰਦਗੀ ਅੱਗੇ ਕਿਵੇਂ ਚੱਲੇਗੀ ਤਾਂ ਆਪਾਂ ਨੂੰ ਇਹ ਬਿਲਕੁਲ ਨਹੀਂ ਸੋਚਣਾ ਚਾਹੀਦਾ ਆਪ ਨੂੰ ਪ੍ਰੈਜ਼ੈਂਟ ਦੇ ਵਿੱਚ ਰਹਿ ਕੇ ਆਪਣੀ ਜ਼ਿੰਦਗੀ ਨੂੰ ਅੱਗੇ ਪਲਾਨ ਕਰਨਾ ਚਾਹੀਦਾ ਪ੍ਰੈਜ਼ੈਂਟ ਦੇ ਵਿੱਚ ਜਿਓ ਤਾਂ ਜੋ ਆਉਣ ਵਾਲਾ ਆਪਣਾ ਫਿਊਚਰ ਵਧੀਆ ਬਣ ਸਕੇ ਤੇ ਆਪਣੇ ਤੇ ਜੋ ਵੀ ਮਾੜਾ ਸਮਾਂ ਆ ਰਿਹਾ ਉਹਨੂੰ ਆਪਣੇ ਰੱਬ ਤੇ ਯਕੀਨ ਰੱਖ ਕੇ ਉਸ ਮਾੜੇ ਸਮੇਂ ਵਿੱਚੋਂ ਨਿਕਲਣ ਲਈ ਕੋਈ ਨਾ ਕੋਈ ਤਰਕੀਬ ਸੋਚਦੇ ਰਹੀਏ ਤੇ ਤੁਸੀਂ ਦੇਖੋਗੇ ਕਿ ਤੁਹਾਡਾ ਰੱਬ ਤੁਹਾਡਾ ਪੀਰ ਤੁਹਾਡਾ ਹੱਥ ਜ਼ਰੂਰ ਫੜੇਗਾ ਤੇ ਜੇਕਰ ਆਪਾਂ ਉਸ ਮੁਸੀਬਤ ਨੂੰ ਲੈ ਕੇ ਉੱਥੇ ਹੀ ਰੋਈ ਜਾਵਾਂਗੇ ਤਾਂ ਆਪਣਾ ਕੋਈ ਵੀ ਹੱਲ ਨਹੀਂ ਹੋ ਸਕਦਾ ਏਸੀ ਅੱਜ ਦੀ ਵੀਡੀਓ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਆ ਵੀਡੀਓ ਨੂੰ ਲਾਈਕ ਕਰਿਓ ਤੇ ਤੁਹਾਡਾ ਆਪਣਾ ਚੈਨਲ Shiv ka Darvesh जरूर ਸਬਸਕ੍ਰਾਈਬ ਕਰਿਓ ਤੇ ਬੈਲ ਨੋਟੀਫਿਕੇਸ਼ਨ जरूर ਆਨ ਕਰਿਓ ਜੀ ਤਾਂ ਜੋ ਆਉਣ ਵਾਲੀਆਂ ਵੀਡੀਓਸ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕਣ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ जरूर ਕਰਿਆ ਕਰੋ ਤਾਂ ਜੋ ਜਿੱਥੇ ਵੀ ਦਾਤਾਈ ਦੇ ਆਸ਼ਕ ਬੈਠੇ ਆ ਉਹਨਾਂ ਦੇ ਮুরিਦ ਬੈਠੇ ਆ ਉਹਨਾਂ ਤੱਕ ਇਹ ਵੀਡੀਓ ਪਹੁੰਚ ਸਕੇ ਜੀ ਜੇਕਰ ਕੋਈ ਵੀਰ ਸਾਡੇ ਨਾਲ ਸਾਈ ਜੀ ਦਾ ਕਿੱਸਾ ਸਾਂਝਾ ਕਰਨਾ ਚਾਹੁੰਦਾ ਤੇ ਸਾਨੂੰ ਇੰਸਟਾਗ੍ਰਾਮ ਤੇ ਮੈਸੇਜ ਕਰ ਸਕਦਾ ਜੀ ਧੰਨਵਾਦ ਬਹੁਤ ਬਹੁਤ ਧੰਨਵਾਦ